ਜਦੋਂ ਆਹ ਤਾਂ ਝੋਟੀ ਆ ਗਈ ਥਣ ਥਨੋਟ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਇਹਦਾ ਚੰਗਾ ਕਰਦੀ ਆ, ਬਾਕੀ ਥੋੜ੍ਹਾ ਜਿਹਾ ਡਰਦੀਆਂ ਨੇ ਜਿਹੜਾ ਸੰਦ ਆ ਮੇਰੇ ਕੋਲ ਇਹਤੋਂ। ਹਾਂ ਤੋਰ ਕੇ ਦਿਖਾ ਦੀ ਇੱਕ ਵਾਰੀ, ਲੈ ਜਦੋਂ ਝੋਟੀ ਸੱਜਣੋ ਆ ਗਈ ਹੁਣ ਜਦੋਂ ਤੁਰੂਗੀ ਨਾ ਥੱਲਿਓ ਚੰਗੀ ਨਿਖਰੀ ਆ, ਹੈ ਨਾ ਜਦੋਂ ਤੁਰੂਗੀ ਉਦੋਂ ਦੇਖ ਲਿਓ। ਕੋਈ ਨਹੀਂ ਕੋਈ ਨਾ ਸੱਜਣੋ, ਨਿਖਰੀ ਬਹੁਤ ਆ ਜਿਵੇਂ ਝੋਟੀ ਦਾ ਥਣ ਮੈਨੂੰ ਸਿੰਗਲ ਜਿਹਾ ਲੱਗਦਾ ਸੀ ਨਾ ਪਹਿਲਾਂ, ਥਣ ਵਧੀਆ ਮੋਟਾ ਕਰਦੀ ਆ ਹੈ ਨਾ। ਲੈ ਚੱਲ ਲੈ ਚੱਲ, ਹਾਂ ਕਮਾਲ ਆ ਬਾਈ ਕਮਾਲ। ਲੈ ਜਾਨਵਰ ਨਾ ਜਦੋਂ ਸੱਜਣੋ ਆ ਜਾਂਦਾ ਥੱਲਿਓ ਹੋਰ ਹੀ ਬਣ ਜਾਣਾ ਕੁਛ, ਝੋਟੀ ਨਿਖਰ ਗਈ ਬਾਹਲੀ ਸੁਥਰੀ ਬਣੀ ਆ ਥੱਲਿਓ, ਅਤੇ ਬਾਕੀ ਚਬਾਈ ਚਬੂਈ ਮੈਂ ਦਿਖਾਊਂਗਾ ਤੁਹਾਨੂੰ ਇਹਨਾਂ ਦੀ ਕਿਸ ਤਰ੍ਹਾਂ ਦੀ ਆ। ਬਾਕੀ ਤੁਸੀਂ ਦੋ ਟਾਈਮ ਚਾਰ ਟਾਈਮ ਆ ਕੇ ਨਾ ਬਾਈ ਕੋਲ ਚੋ ਕੇ ਦੇਖ ਲਿਓ, ਇਹਦਾ ਇੱਕ ਆਪਾਂ ਰੈਫਰੈਂਸ। ਸੱਤ ਮੰਨ ਲਓ ਆਪਾਂ, ਚੌਦਾਂ ਕੁ ਕਿਲੋ ਕੱਢਿਆ ਆਪਣੇ ਹਿਸਾਬ ਨਾਲ ਇਹਨੇ, ਬਾਕੀ ਤੁਸੀਂ ਨੇੜੇ ਆ ਕੇ ਦੋ ਟਾਈਮ ਚੋ ਕੇ ਦੇਖ ਲਿਓ। ਲੈ ਦਰਮਿਆਨੇ ਰੇਟ ਵਾਲੀ ਝੋਟੀ ਕਾਲੇ ਕੋਲੇ ਹੋਰ ਖੜੀ ਹੈ, ਚੜਾਈ ਚੜੂਈ ਚੰਗੀ ਆ, ਕੱਦ ਜ਼ਰੂਰ ਦਰਮਿਆਨਾ। ਲੈ ਖੋਲ ਕੇ ਤੋਰ ਦੇ ਕਾਲੇ ਇੱਕ ਵਾਰੀ ਪਰਾਂ ਨੂੰ, ਤਾਂ ਜਾਣ ਵਾਲੀ ਝੋਟੀ ਆ। ਸੂਆ ਕਿਹੜਾ ਆਊ ਕਾਲੇ ਦਾ? ਤੀਜਾ ਸੂਆ, ਤੀਜਾ ਸੂਆ ਸਿੰਘਾਂ ਤੋਂ ਐਂ ਲੱਗਦੀ ਆ ਵੀ ਚੌਥਾ। ਨਹੀਂ ਸਿੰਘ ਤਾਂ ਕਈ ਵਾਰੀ ਜਾਨਵਰ ਦਾ ਵੀ ਖੁੱਲ੍ਹਾ ਹੁੰਦਾ। ਤੀਜੇ ਸੂਏ ਦੇ ਸੱਜਣੋ ਦਰਮਿਆਨੇ ਰੇਟ ਵਾਲੀ ਝੋਟੀ ਆ, ਜਿਹੜੇ ਸੱਜਣ ਨੇ ਘੱਟ ਰੁਪਈਏ ਲਾਉਣੇ ਦੁੱਧ ਲਾਉਣ 10 ਕਿਲੋ। ਅੱਛਾ ਇਹਦੀ ਸੱਜਣੋ ਚਬਾਈ ਹੋਈ ਹੋਈ ਆ, ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ। ਤਕਰੀਬਨ ਤਾਜ਼ੀ ਝੋਟੀ ਇਹਦਾ ਥੋੜ੍ਹਾ ਟਾਈਮ ਹੀ ਹੋਇਆ, ਅਤੇ ਉੱਤੋਂ ਸੱਜਣੋ ਝੋਟੀ ਚੰਗੀ ਆ, ਜਾਨ ਵਾਲੀ ਆ, ਚੌੜੇ ਪਿੱਠਪੁੜੇ ਦੀ ਆ, ਅਤੇ ਬਾਕੀ ਥਣ ਵੀ ਚੰਗਾ ਲੱਗਿਆ ਵਾ ਮੋੜ ਲਾ ਕਾਲੇ। ਇਹਦਾ ਰੇਟ ਮੈਂ ਨਾ ਤੁਹਾਨੂੰ ਜਮੀ ਜੈਨੂਅਨ ਰੇਟ ਹੀ ਕਰਾ ਦੂੰਗਾ ਕਾਲੇ ਤੋਂ, ਜਿਹੜੀ ਹਰੇਕ ਬੰਦੇ ਦੇ ਪਹੁੰਚ ਵਾਲੀ ਝੋਟੀ ਹੈ, ਹਰੇਕ ਬੰਦਾ ਇਹਦੇ ਰੁਪਈਏ ਲਾ ਦੂਗਾ। ਅਤੇ ਬਾਕੀ ਹੁਣ ਚੋਈ ਹੋਈ ਆ, ਸ਼ਾਮ ਨੂੰ ਜੇ ਕਿਸੇ ਸੱਜਣ ਨੇ ਦੇਖਣੀ ਆ ਤਾਂ ਕਾਲੇ ਨੂੰ ਵੀਡੀਓ ਕਾਲ ਕਰਕੇ ਚਵਾ ਲਿਓ, ਜਾਂ ਫੋਟੋ ਵੀਡੀਓ ਮੰਗਾ ਕੇ ਭਰੀ ਹੋਈ ਵੀ ਦੇਖ ਲਿਓ। ਵਾਹ ਬਣਦੇ ਭਾਈ, ਲੈ ਇਹਦਾ ਰੇਟ ਦੱਸ ਦੇ ਕਾਲੇ, ਇਹਦੇ ਰੇਟ ਨਾਲ ਨਾ ਹੈਰਾਨ ਹੀ ਕਰਦੇ। ਇਹਦਾ ਵੀਰੇ 70,000 ਦੀ ਛੱਡਦਾ, 76 ਤਾਂ ਜ਼ਿਆਦਾ ਆ, ਫਿਕਸ ਰੇਟ ਹੀ ਦੱਸ ਗੱਲ ਆ ਵੀ ਹਜੇ ਇਹਨੇ ਮੇਰਾ ਸਿੱਟਿਆ ਨਹੀਂ ਇਹਨੇ ਵੀ ਉਹ ਬੱਚਾ ਉਹਦਾ। 10 ਕਿਲੋ ਦੁੱਧ ਪਾ ਦੂਗੀ, 11-12 ਤੇ ਜਾਊਗੀ ਜੇ ਸੇਬ ਵਾਲਾ ਹੋਵੇ। ਉਹੀ ਗੱਲ, ਐਂ ਤਾਂ ਹੁਣ 7 ਤੇ ਵੀ ਰਹਿ ਜਾਂਦੇ ਨੇ ਜੇ ਹੁਣ ਆਪਾਂ ਪਾਵਾਂਗੇ ਨਹੀਂ ਕੁਛ। ਠੀਕ ਹੈ ਗੱਲ, ਫਿਕਸ ਰੇਟ ਹੀ ਦੱਸ ਦੇ ਕਾਲੇ, ਇਹਦਾ ਝੋਟੀ ਛੋਟੀ ਹੈ ਜੰਮੀ, ਫਿਕਸ ਰੇਟ ਚੱਲ ਤੁਸੀਂ ਦੇਖ ਲਓ, ਤੁਸੀਂ ਕਰ ਦੋਗੇ ਮੈਂ ਕਹਿ ਦੋਗੇ ਉਹੀ ਬਣ ਜਾਂਦਾ ਉਹੀ ਹੁੰਦਾ। ਆਪੇ ਦੱਸ ਦੇ ਬਸ ਤੂੰ ਵੀ ਇੰਨੇ ਦੀ ਆਪਾਂ ਛੱਡ ਦਾਂਗੇ, ਲਾਸਟ 72 ਦੀ ਕਰ ਦਿਓ। ਲੈ ਸੱਜਣੋ 72,000 ਰੁਪਇਆ ਕਰਾਤਾ ਰੇਟ ਇਹਦਾ, ਇਹਦੇ 'ਚੋਂ ਛੋਟ ਛੱਪਾ ਬਾਈ ਕਰ ਦੂਗਾ ਕੋਈ ਨਹੀਂ, ਘਰੇ ਆਏ ਬੰਦੇ ਦਾ ਮਾਨ ਤਾਂ ਜ਼ਰੂਰ ਹੋਊਗਾ। ਇਹ ਝੋਟੀ ਜਿਹੜੇ ਸੱਜਣ ਨੇ ਲੈਣੀ ਹੋਈ ਇਹ ਵੀ ਕਾਲੇ ਵੀਰ ਨਾਲ ਸੰਪਰਕ ਕਰ ਸਕਦਾ, ਧੰਨਵਾਦ। ਲੈ ਇੱਕ ਨੰਬਰ ਵਾਲੀ ਝੋਟੀ ਤੋਂ ਕਰਦੇ ਹਾਂ ਸ਼ੁਰੂ ਆਪਾਂ। ਲੈ ਸੱਜਣੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ, ਬਿਲਕੁਲ ਕੁੰਡੇ ਸਿੰਘਾਂ 'ਚ ਹੈ, ਬਾਕੀ ਕੱਦ ਕਾਠ ਵਾਲੀ ਝੋਟੀ ਹੈ, ਅਤੇ ਥਣ ਲੇਵੇ ਦੀ ਸਾਫ਼ ਆ ਥੱਲਿਓ। ਲੈ ਕਾਲੇ ਖੋਲ ਕੇ ਤੋਰ ਦੇ ਇੱਕ ਵਾਰੀ ਇਹਨੂੰ ਬਾਈ। ਲੈ ਸੱਜਣੋ ਚੰਗੀ ਝੋਟੀ ਹੈ, ਵਧੀਆ ਚੰਗੇ ਖੁੱਲ੍ਹੇ ਕੱਦ ਕਾਠ ਦੀ ਆ, ਦੂਜਾ ਸੂਆ ਜਦੋਂ ਤੁਰੂਗੀ ਹਵਾਨੇ ਦੀ ਜੱਜਮੈਂਟ ਕਰ ਲਿਓ, ਅਤੇ ਬਾਕੀ ਸੱਜਣੋ ਆਪਾਂ ਚਵਾ ਕੇ ਵੀ ਦਿਖਾਵਾਂਗੇ ਝੋਟੀਆਂ। ਘੰਟਾ ਸਵਾ ਘੰਟਾ ਆਪਣੀ ਚਵਾਈ ਲੇਟ ਆ ਥੋੜ੍ਹੀ ਜਿਹੀ, ਆਪਾਂ ਪਹੁੰਚਣ 'ਚ ਲੇਟ ਹੋ ਗਏ ਬਾਈ ਕੋਲ, ਉਸ ਹਿਸਾਬ ਨਾਲ ਤੁਸੀਂ ਦੁੱਧ ਦਾ ਆਈਡੀਆ ਲਾ ਲਿਓ। ਚਲਾ ਦੇ ਕਾਲੇ ਇਹਨੂੰ, ਚਲਾ ਦੇ ਬਾਈ। ਵਾਹ ਕਮਾਲ ਆ ਬਾਈ, ਬਾਕੀ ਜਾਨਵਰ ਸੱਜਣੋ ਜਿਵੇਂ ਨਵਾਂ ਕੰਮ ਹੈ ਬਾਈ ਦਾ, ਸਾਫ਼ ਸੁਥਰੇ ਜਾਨਵਰ ਲੈ ਕੇ ਆਇਆ, ਵਧੀਆ ਚੰਗੇ ਲੇਵੇ ਵਾਲੀ ਝੋਟੀ ਆ, ਥਣ ਥੁਣ ਚੰਗਾ ਲੱਗਿਆ, ਅਤੇ ਬਾਕੀ ਗੈਪ 'ਤੇ ਲੱਗੇ ਨੇ ਚਾਰੋ ਥਣ, ਅਤੇ ਰੇਟ ਵੀ ਇਹਦਾ ਸੱਜਣੋ ਪਹਿਲਾਂ ਆਪਾਂ ਚਵਾਈ ਕਰਵਾ ਦਾਂਗੇ, ਅਤੇ ਫਿਰ ਇਹਦਾ ਕਰਵਾ ਦੂੰਗਾ ਰੇਟ। ਮੈਂ ਇੱਥੋਂ ਹਵਾਨੇ ਦੀ ਜੱਜਮੈਂਟ ਕਰ ਲਓ ਨੇੜੇ ਤੋਂ,
ਇਧਰੋਂ ਅੱਗੇ ਤੋਂ ਦਿਖਾ ਦਾਂਗੇ ਆ ਲੈ ਜਾ ਕਾਲੇ ਹੁਣ ਦੋ ਨੰਬਰ ਵਾਲੀ ਝੋਟੀ ਡਿਟੇਲ ਦੱਸ ਦੇ ਇਹਦਾ ਕਾਲੇ ਕਿਹੜਾ ਸੂਆ ਇਹਦਾ ਵੀ ਦੂਜਾ ਸੂਆ ਪਹਿਲੇ ਦੂਜੇ ਦੀ ਸ਼ਕੀਨ ਆ ਫਿਰ ਵੱਡੇ ਸੂਏ ਚ ਨਹੀਂ ਲਿਆਉਂਦਾ ਕੋਈ ਹੈ ਉਹ ਵੱਡੀਆਂ ਫਿਰ ਇੰਨਾ ਆਲਾ ਫਿੱਟ ਜੇ ਨਹੀਂ ਕਰਦਾ ਨਵਾਂ ਪਸ਼ੂ ਭਾਲਦਾ ਹਰੇਕ ਨਵਾਂ ਜਾਨਵਰ ਹਰੇਕ ਕਹਿੰਦਾ ਪਹਿਲੇ ਦੂਜੇ ਦਾ ਜਾਨਵਰ ਹੀ ਭਾਲਦਾ ਬੰਦਾ ਪਹਿਲਾ ਦੂਜਾ ਭਾਲਦਾ ਅਲਾ ਕਹਿੰਦਾ ਤਾਂ ਬਣ ਜੂ ਠੀਕ ਹੈ ਗੱਲ ਇਹਨੂੰ ਖੋਲ ਕੇ ਤੋਰ ਦੇ ਲੈ ਸੱਜਣੋ ਇਹ ਝੋਟੀ ਵੀ ਦੂਜੇ ਸੂਏ ਆ ਸਿੰਘ ਮੂੰਹ ਮੱਥਾ ਇਹਦਾ ਵੀ ਦੇਖ ਲਓ ਇਹ ਵੀ ਖੁੱਲ੍ਹੇ ਕੱਦ ਕਾਠ ਵਾਲੀ ਆ ਜਾਨਵਰ ਬਾਈ ਦੇ ਦੋਨੇ ਸ਼ਕੀਨ ਨੇ ਪੂਰੇ ਅਤੇ ਚੰਗਾ ਲੇਵਾ ਦਿਖਾਉਂਦੀ ਆ ਬਾਕੀ ਜਦੋਂ ਤੁਰੂਗੀ ਜੱਜਮੈਂਟ ਉਦੋਂ ਤੁਸੀਂ ਕਰ ਲਿਓ ਐਂ ਨੂੰ ਚਲਾ ਦਿਓ ਕੋਈ ਨਹੀਂ ਹੌਲੀ ਚਲਾ ਦਿਓ ਮੈਂ ਬਾ ਮੋੜ ਲਾ ਬਾਈ ਅਤੇ ਕੱਦ ਕਾਠ ਸੱਜਣੋ ਦੋਨੇ ਝੋਟੀਆਂ ਦੇ ਬਹੁਤ ਖੁੱਲ੍ਹੇ ਨੇ ਉੱਚੇ ਕੱਦ ਕਾਠ 'ਚ ਨੇ ਪੂਰੇ 'ਚ ਬਾਕੀ ਦੁੱਧ ਵੀ ਬਾਈ ਚੰਗਾ ਦੱਸਦਾ ਤਿਆਰੀ ਦਾ ਇਹਨਾਂ ਥੱਲੇ ਹੁਣ ਉਦੋਂ ਥਣ ਥੁਣ ਦੇਖ ਲਓ ਥਾਣੇ ਦੇ ਵੀ ਸੱਜਣੋ ਪੂਰਾ ਟੋਪ ਦਾ ਲੱਗਿਆ ਦੂਰਾ ਥਣ ਲੱਗਿਆ ਵਧੀਆ ਅਤੇ ਇੱਧਰੋਂ ਅੱਗੇ ਨੂੰ ਦਿਖਾ ਦੇਣਾ ਹਵਾਨਾ ਤੁਹਾਨੂੰ ਮੈਂ ਹੁਣ ਮੱਝਾਂ ਦਾ ਆਪ ਕਰਨ ਲੱਗ ਗਿਆ ਇੱਕ ਮੱਝ ਰੱਖਦਾ ਸੀ ਉਹਦੇ ਕਰਕੇ ਹੀ ਹੈ ਫਿਰ ਪਗਲ ਵਿੱਚ ਰਹਿੰਦੇ ਹਾਂ ਉਹਦਾ ਫਰਕ ਪੈ ਜਾਂਦਾ ਦੁੱਧ ਵੀ ਆਰਾਮ ਰਹਿੰਦਾ ਕਿ ਨਹੀਂ ਹਾਂ ਉਹੀ ਗੱਲ ਮੁੱਲ ਲਵਾਂਗੇ ਯਾਰ ਮੁੱਲ ਕਿੰਨਾ ਕੁ ਲੈ ਲਾਂਗੇ 2 ਲੀਟਰ ਲੈ ਲਾਂਗੇ 3 ਲੈ ਲਾਂਗੇ ਉਹ ਵੀ ਹੈ ਦੁੱਧ ਨਹੀਂ ਵਧੀਆ ਮਿਲਦਾ ਨਾ ਡੈਰੀ ਵਾਲਾ ਦਾ ਫਿਰ ਕਿੱਥੇ ਚੰਗਾ ਮਿਲਦਾ ਹਨਾ ਵੀ ਕਿਰੋ ਆਪਦਾ ਪੀਤਾ ਹੋਵੇ ਫਿਰ ਚੰਗਾ ਵੀ ਨਹੀਂ ਲੱਗਦਾ ਉਹ ਤਾਂ ਹੈ ਇਹਦਾ ਵੀ ਛੱਡ ਦੇ ਬੱਚਾ ਬਾਈ ਇਧਰਲੀ ਦਾ ਉਹ ਕੱਟੀ ਹੈ ਦੋਨਾਂ ਮਗਰ ਹੀ ਕੱਟੀਆਂ ਨੇ ਬਾਈ ਹਨਾ ਦੋਵੇਂ ਮਗਰ ਬਾਈ ਕੱਟੀਆਂ ਲੈ ਸੱਜਣੋ ਦੋਨਾਂ ਮਗਰ ਜੈੱਡ ਬਲੈਕ ਕੱਟੀਆਂ ਨੇ ਪੂਛ ਮਾੜੀ ਚਿੱਟੇ ਨੇ ਚਾਰ ਕਬਾੜ ਨੂੰ ਮੋਰਾ ਜੀ ਹੋਈ ਜਾਂਦੇ ਹਨਾ ਤੂੰ ਕਾਲੇ ਕਿਹੜੇ ਇਲਾਕੇ ਦੀਆਂ ਝੋਟੀਆਂ ਨੇ ਇਹ ਬਾਈ ਆ ਪਟਾਲਗਣੀ ਇੱਧਰ ਨੂੰ ਲੇਲਾ ਹਾਂ ਲੇਲਾ ਸੱਜਣੋ ਲੇਲਾ ਪਟਾਲੀ ਏਰੀਏ ਦਾ ਝੋਟੀਆਂ ਨੇ ਲਹਿਰਾ ਗਾਗਾ ਜਿਹੜੇ ਦੂਰ ਤੋਂ ਸੱਜਣ ਦੇਖਦੇ ਨੇ ਉਹਨਾਂ ਨੂੰ ਦੱਸ ਦਈਏ ਆਪਾਂ ਕਿਉਂਕਿ ਆਪਣਾ ਏਰੀਆ ਜਿਹੜਾ ਹਰਿਆਣੇ ਦੇ ਨਾਲ ਹੀ ਲੱਗ ਜਾਂਦਾ ਹੈ ਤਕਰੀਬਨ ਲੇਲਾ ਤੋਂ ਬਾਈ ਹਰਿਆਣਾ ਕਿੰਨਾ ਕੁ ਹੈ 4-5 ਕਿਲੋਮੀਟਰ ਨੇੜੀ ਆ ਸੱਜਣੋ ਹਰਿਆਣੇ ਇਲਾਕੇ ਦੀਆਂ ਝੋਟੀਆਂ ਨੇ ਦੋਨੇ 4-5 ਕਿਲੋਮੀਟਰ ਲਹਿਰਾ ਗਾਗਾ ਬਾਈ ਆ ਝੋਟੀਆਂ ਮੰਨੀਆਂ ਗਈਆਂ ਦੁੱਧ ਦੱਧ ਕੱਢਣ ਚ ਹਾਂ ਬੱਲਰਾ ਲੇਲਾ ਪਟਾਲਾ ਰਿਸ਼ਤੇਦਾਰੀਆਂ ਉਧਰ ਹੋ ਗਈਆਂ ਹਰਿਆਣੇ ਚ ਉਹਦੇ ਕਰਕੇ ਉਧਰੋਂ ਕੱਟੀ ਲਿਆਇਆ ਜਾਂ ਕੋਈ ਕਿਸੇ ਮੱਝ ਰਿਸ਼ਤੇਦਾਰੀ ਚ ਦੇਤੀ ਉਹਦੇ ਕਰਕੇ ਉਹਨਾਂ ਦੇ ਪਸ਼ੂਆਂ ਦਾ ਹਰਿਆਣਾ ਨੇੜ ਆਉਣ ਕਰਕੇ ਨਾ ਆਪਣੇ ਇਲਾਕੇ ਦਾ ਇੱਧਰ ਦਾ ਜਾਨਵਰ ਦੁੱਧ ਚੰਗਾ ਪਾਉਂਦਾ ਬਾਕੀ ਜਿਵੇਂ ਕੰਮ ਤੇਰਾ ਨਵਾਂ ਪੂਰਾ ਨੂੰ ਆ ਜਾਂਦਾ ਜਿਵੇਂ ਕੰਮ ਨਵਾਂ ਝੋਟੀਆਂ ਬੜੀਆਂ ਚੰਗੀਆਂ ਲੈ ਭਾਲ ਕੇ ਕਿਸੇ ਪਾਸੇ ਝੋਟੀਆਂ ਦਾ ਵੀਰੇ ਉਹੀ ਗੱਲ ਆ ਵਧੀਆ ਕੰਮ ਕਰਾਂਗੇ ਤਾਂ ਹੀ ਅਗਲਾ ਉਹ ਕਰੂ ਜੇ ਉਹ ਪਹਿਲੀ ਕਬਾੜ ਦੇਣ ਲੱਗ ਗਈ ਉਹਦਾ ਫਾਇਦਾ ਨਹੀਂ ਹੁੰਦਾ ਹਾਂ ਕਬਾੜ ਦਾ ਤਾਂ ਫਾਇਦਾ ਨਹੀਂ ਹੁੰਦਾ ਉਹ ਗੱਲ ਵੀ ਗਾਹਾਂ ਅਗਲਾ ਕੇ ਇੱਕ ਦੋ ਜਾਂ ਤੇਰਾ ਲਿਆ ਕੇ 4 ਨੂੰ ਅਗਲਾ ਹੋਰ ਦੱਸੂਗਾ ਵੀ ਉਹਦਾ ਕਬਾੜ ਦਿੰਦਾ ਹਾਂ ਉਹ ਗੱਲ ਵਧੀਆ ਪਸੰਦ ਦੇਵਾਂਗੇ ਗਾਹਾਂ ਅਗਲਾ ਕੇ ਜਾਨਵਰ ਵੱਧੇ ਕੱਢੇ ਹਨਾ ਜਿੰਨਾ ਆਪਾਂ ਦੱਸੀਏ ਉਹੀ ਗੱਲ ਵੀ ਆਪਾਂ ਅਗਲੇ ਦਾ ਕਹਿੰਦੇ ਆ ਢਿੱਡ ਬੰਨ ਕੇ ਪੈਸੇ ਲਾਉਂਦਾ ਅਗਲਾ ਯਾਰ ਹਾਂ ਜੀ ਹਾਂ ਕਿੱਥੋਂ ਕਿਵੇਂ ਕਰਕੇ ਕਰਦਾ ਨਾ ਜਿਵੇਂ ਨਾ ਇੱਕ ਅੰਬਰਸਰ ਏਰੀਏ ਦੇ ਵਿੱਚ ਹੁਣ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਨਾਮ ਨਿਕਲ ਗਿਆ ਯਾਰ ਵਪਾਰੀ ਦਾ ਦਿਮਾਗ 'ਚੋਂ ਉਹਨੇ ਨਾ ਇੱਕ ਸ਼ਹੀਦ ਪਰਿਵਾਰ ਨਾਲ ਠੱਗੀ ਮਾਰ ਲਈ ਲੈ ਮੈਂ ਸਾਰੇ ਸੱਜਣਾਂ ਨੂੰ ਇਹੀ ਕਹੂੰਗਾ ਵੀ ਬਾਈ ਯਾਰ ਇਹੋ ਜਿਹਾ ਨਾ ਠੱਗੀ ਚੋਰੀ ਵਾਲਾ ਕੰਮ ਨਾ ਕਰਿਆ ਕਰੋ ਹਨਾ ਅਗਲਾ ਢਿੱਡ ਬੰਨ ਕੇ ਯਾਰ ਮਸਾਂ ਬੰਦਾ ਰੁਪਈਏ ਲਾਉਂਦਾ ਉਹਨੂੰ ਨਾ ਬਜ਼ੁਰਗ ਮਾਤਾ ਨੂੰ ਬਾਹਰੋਂ ਪੈਸੇ ਭੇਜੇ ਬਾਈ ਕਾਲੇ ਕਿਸੇ NRI ਬੰਦੇ ਨੇ ਉਹਨੇ ਬਾਹਰੋਂ ਪੈਸੇ ਭੇਜੇ ਵੀ ਤੂੰ ਤੁਹਾਡੇ ਮੈਂ ਝੋਟੀ ਲੈ ਕੇ ਭੇਜ ਦੇਣਾ ਦੁੱਧ ਥੋੜ੍ਹਾ ਰੁਜ਼ਗਾਰ ਚੱਲ ਪੂ ਅੱਛਾ ਜੀ ਉਹਨੇ ਕੀ ਕਰਿਆ ਬੰਦੇ ਨੇ ਕਹਿੰਦਾ 10-12 ਕਿਲੋ ਦੁੱਧ ਆ ਝੋਟੀ ਥੱਲੇ ਦੁੱਧ ਕੱਢਦੀ ਆ ਡੂਢ ਕਿਲੋ ਡੰਗ ਦਾ ਜਮੀ ਮਾਜਦੇ ਆ ਉਹ ਬਜ਼ੁਰਗ ਮਾਤਾ ਵਿਚਾਰੀ ਰੋਣ ਲੱਗ ਰਹੀ ਆ ਜੇ ਉਹ ਵਪਾਰੀ ਵੀਰ ਆਪਣੀ ਵੀਡੀਓ ਦੇਖਦਾ ਜਾਂ ਸੁਣਦਾ ਹੈਗਾ
ਬਈ ਠੱਗੀ ਦਾ ਕੰਮ ਤਾਂ ਹਨਾ ਚਾਰ ਕੇ ਹੈ ਆ ਗਲਤ ਕੰਮ ਨਾ ਕਰੋ ਕਦੇ ਵੀ ਪਰਮਾਤਮਾ ਨੂੰ ਜਾਣ ਦੇਣੀ ਆ ਠੱਗੀ ਦਾ ਕੰਮ ਤਾਂ ਚਾਰ ਦਿਨ ਹੀ ਚੱਲਦਾ ਯਾਰ ਬਈ ਉਹੀ ਗੱਲ ਵੀ ਪਰਮਾ ਜੇ ਚਲ ਉਹ ਨਹੀਂ ਕੁਝ ਕਰ ਸਕਦੀ ਬੁੱਢੀ ਮਾਤਾ ਤੇ ਪਰਮਾਤਮਾ ਤਾਂ ਦੇਖਦਾ ਕੱਲ ਨੂੰ ਪਰਮਾਤਮਾ ਵਾਲੇ ਉਹਦੀ ਬਹੁਤ ਹੋ ਰਹੀ ਆ ਬਈ ਫਿਰ ਉਹੀ ਗੱਲ ਵੀ ਉਹ ਇਹਦਾ ਕੰਮ ਤਾਂ ਕਦੇ ਵਾਸਤੇ ਬਣਾ ਲੈ ਸੱਜਣੋ ਆ ਤਾਂ ਝੂਠੀ ਆ ਗਈ ਥਣ ਥਨੋਟ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਇਹਦਾ ਚੰਗਾ ਕਰਦੀ ਆ ਬਾਕੀ ਥੋੜਾ ਜਿਹਾ ਡਰਦੀਆਂ ਨੇ ਜਿਹੜਾ ਸੰਦਾ ਮੇਰੇ ਕੋਲ ਤੋਂ ਤੋਰ ਕੇ ਦਿਖਾ ਦੀ ਇੱਕ ਵਾਰੀ ਲੈ ਜਦੋਂ ਝੋਟੀ ਸੱਜਣੋ ਆ ਗਈ ਹੁਣ ਜਦੋਂ ਤੁਰੂਗੀ ਨਾ ਥੱਲਿਓ ਚੰਗੀ ਨਿਖਰੀ ਆ ਹਨਾ ਜਦੋਂ ਤੁਰੂਗੀ ਉਦੋਂ ਦੇਖ ਲਿਓ ਕੋਈ ਨੀ ਲੈ ਸੱਜਣੋ ਨਿਖਰੀ ਬਹੁਤ ਆ ਜਿਵੇਂ ਝੋਟੀ ਦਾ ਥਣ ਮੈਨੂੰ ਸਿੰਗਲ ਜਿਹਾ ਲੱਗਦਾ ਸੀ ਨਾ ਪਹਿਲਾਂ ਥਣ ਵਧੀਆ ਮੋਟਾ ਕਰਦੀ ਆ ਹਨਾ ਲੈ ਚੱਲ ਲੈ ਚੱਲ ਹਾਂ ਕਮਾ ਲਾ ਬਾਈ ਕਮਾ ਲਾ ਲੈ ਜਾਨਵਰ ਨਾ ਜਦੋਂ ਸੱਜਣੋ ਆ ਜਾਂਦਾ ਥੱਲਿਓ ਹੋਰ ਹੀ ਬਣ ਜਾਣਾ ਕੁਛ ਝੋਟੀ ਨਿਖਰ ਗਈ ਬਾਹਲੀ ਸੁਥਰੀ ਬਣੀ ਆ ਥੱਲੇ ਜਾਂ ਬਾਕੀ ਤੁਸੀਂ ਦੋ ਟਾਈਮ ਚਾਰ ਟਾਈਮ ਆ ਕੇ ਨਾ ਬਾਈ ਕੋਲੇ ਚੋ ਕੇ ਦੇਖ ਲਿਓ ਇਹਦਾ ਇੱਕ ਆਪਾਂ ਰੈਫਰੈਂਸ ਦੀ ਤੌਰ 'ਤੇ ਨਾ ਤੁਹਾਨੂੰ ਦੁੱਧ ਦਿਖਾ ਦਾਂਗੇ ਅਤੇ ਬਾਕੀ ਮੇਨ ਗੱਲ ਹੁੰਦੀ ਆ ਹਨਾ ਧਾਰ ਦੀ ਹੁੰਦੀ ਆ ਵੀ ਆਪਾਂ ਤੁਹਾਨੂੰ ਧਾਰ ਦਿਖਾ ਦਾਂਗੇ ਵੀ ਕੋਈ ਛਰਲਾ ਸਿੱਟਾ ਤਾਂ ਨਹੀਂ ਹੈਗਾ ਇੱਧਰੋਂ ਥਣ ਤੁਹਾਨੂੰ ਮੈਂ ਇੱਕ ਵਾਰੀ ਫਿਰ ਦਿਖਾ ਦਾਂਗਾ ਵਧੀਆ ਚੰਗਾ ਥਣ ਕੱਢਿਆ ਆ ਜਾ ਬਾਈ ਧਾਰਾਂ ਦੇਖ ਲਓ ਸੱਜਣਾ ਪੂਰੀ ਮੋਟੀ ਧਾਰ ਆ ਨਾ ਮਾਂ ਗੱਲੇ ਥਾਣਾ ਚਲੂ ਮਾਰ ਕੇ ਦੋ ਧਾਰਾਂ ਫਿਰ ਨਾ ਪਰਾਂ ਨੂੰ ਹੋ ਕੇ ਖੜ ਜੂ ਮਾਂ ਡਰਦੀ ਆ ਥੋੜ੍ਹੀ ਜਿਹੀ ਤਾਂ ਧਾਰਾਂ ਸੱਜਣਾ ਤੁਹਾਨੂੰ ਦਿਖਾਤੀਆਂ ਧਾਰਾਂ ਦੀ ਝੋਟੀ ਪਾਸ ਆ ਬਾਕੀ ਤੁਸੀਂ ਨੇੜੇ ਆ ਕੇ ਕਰ ਲਿਓ ਤਸੱਲੀ ਠੀਕ ਆ ਬਾਈ ਚਵਾਈ ਸੱਜਣੋ ਇਹਦੀ ਵੀ ਬਾਹਲੀ ਚੰਗੀ ਆ ਗਵਾਂਢੀਆਂ ਦੇ ਸੁਣਿਆ ਕਰੂ ਜਦੋਂ ਚੋਇਆ ਕਰੋਗੇ ਘਰੇ ਲੈ ਦੋ ਦੋ ਘੁਮਾ ਗੱਲੇ ਥਾਣਾ 'ਚ ਮਾਰੀ ਗੱਲ ਲੈ ਮਾਂ ਗੱਲੇ ਥਾਣਾ ਦੀ ਚਵਾਈ ਵੀ ਪੂਰੀ ਟੌਪ ਆ ਜਾਣਾ ਬਾਕੀ ਸੱਜਣੋ ਪਾਸ ਤੁਸੀਂ ਨੇ ਕਰਨੀ ਆ ਨੇੜੇ ਆ ਕੇ ਮੈਂ ਤੁਹਾਨੂੰ ਇੱਕ ਆਈਡੀਆ ਕਰਾ ਦੇਣਾ ਵੀਡੀਓ ਦੇ ਮਾਧਿਅਮ ਰਾਹੀਂ ਕਿਉਂਕਿ ਜ਼ਿਆਦਾ ਨੇੜੇ ਮੈਂ ਤਾਂ ਨਹੀਂ ਆਉਂਦਾ ਝੂਠੀ ਥੋੜ੍ਹਾ ਜਿਹਾ ਮੇਰੇ ਤੋਂ ਡਰਦੀ ਹੈ ਚਵਾਈ ਦੇਖ ਸਕਦੇ ਤੁਸੀਂ ਪੂਰੀ ਮੋਟੀ ਅਤੇ ਪੋਲੀ ਚਵਾਈ ਹੈ ਅਤੇ ਬਾਕੀ ਥਾਣੀ ਦੱਸਦੇ ਨੇ ਵੀ ਵਧੀਆ ਚੰਗੀ ਚਵਾਈ ਵਾਲੀ ਝੋਟੀ ਹੈ ਜਾਨਵਰ ਸੱਜਣਾ ਕਾਲਾ ਕਹਿੰਦਾ ਚਾਹੇ ਆਪਾਂ ਘੱਟ ਵੇਚ ਲਈਏ ਹੈ ਨਾ ਦੋ ਦੋ ਜਾਨਵਰ ਲਿਆ ਕੇ ਵੇਚ ਲਈਏ ਪਰ ਕਹਿੰਦਾ ਆਪਣੇ ਕੋਲ ਹਰ ਵਕਤ ਤੁਹਾਨੂੰ ਤਿਆਰ ਦੁੱਧ ਵਾਲਾ ਜਾਨਵਰ ਮਿਲਿਆ ਕਰੂਗਾ ਬਾਈ ਦੀ ਆਦਤ ਹੈ ਬਾਈ ਕਹਿੰਦਾ ਆਪਾਂ ਪੰਜ ਚਾਰ ਦਿਨ ਜਾਨਵਰ ਲਿਆ ਕੇ ਰੋਕ ਵੀ ਲੈਂਦੇ ਹਾਂ ਦੁੱਧ ਤਿਆਰ ਕਰਾ ਕੇ ਦਿੰਦੇ ਹਾਂ ਸੱਜਣੋ ਕਾਲੇ ਕੋਲ ਘਾਟ ਕੋਈ ਨੀ ਵਧੀਆ ਪੈਲੀ ਦਾ ਮਾਲਕ ਹੈ ਚੰਗਾ ਸਰਦਾ ਵਰਦਾ ਕਾਲੇ ਦਾ ਪਰ ਕਾਲਾ ਕਹਿੰਦਾ ਨਾ ਤੁਹਾਡੇ ਵੀਡੀਓ ਦੇਖ ਕੇ ਕਹਿੰਦਾ ਸੱਜਣੋ ਨਾ ਸ਼ੌਂਕ ਜਿਹਾ ਬਣ ਗਿਆ ਮੈਨੂੰ ਵੀ ਕਹਿੰਦਾ ਮੈਂ ਆਖਿਆ ਵੀ ਨਾਲੇ ਸ਼ੌਂਕ ਹੈ ਹਨਾ
ਨਾਲ ਨਾਲ ਚੱਲ 2 ਰੁਪਏ ਇਨਕਮ ਵੀ ਹੋ ਜਾਂਦੀ ਆ, ਵੇਲਿਆਂ ਨਾਲੋਂ ਬੰਦਾ ਠੀਕ ਰਹਿੰਦਾ ਹਨਾ, ਪੁੱਠੇ ਪਾਸੇ ਦਿਮਾਗ ਨਹੀਂ ਜਾਂਦਾ ਕਰੇ ਬਈ, ਕੰਮ ਲੱਗੇ ਹੋਇਆ ਤੇ ਠੀਕ। ਲੈ ਸਾਰੇ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਆ ਸੱਜਣੋ, ਵੀਡੀਓ ਦੇ ਮਾਧਿਅਮ ਰਾਹੀਂ ਹੈ ਨਾ, ਵੀ ਗਲਤ ਕੰਮ ਤੋਂ ਬਚੋ। ਗਲਤ ਕੰਮ ਨਾਲ ਤਾਂ ਨਾ ਤੁਸੀਂ ਇੱਕ ਅੱਧਾ ਜਾਨਵਰ ਲਿਆ ਕਿ ਵੇਚ ਲਓ ਘਰੇ, 2 ਰੁਪਏ ਨਾਲੇ ਬਣਨਗੇ, ਨਾਲੇ ਵੀਰ ਭੈਣ ਵੀਰ ਭਰਾ ਮਾਂ ਬਾਪ ਹੈ ਨਾ ਖੁਸ਼ ਹੋਣਗੇ ਘਰੇ, ਜਦੋਂ ਕੋਈ ਗਲਤ ਕੰਮ ਨਹੀਂ ਕਰਾਂਗੇ ਆਪਾਂ। ਬਾਕੀ 1 ਨੰਬਰ ਦਾ ਸੱਜਣੋ ਕੰਮ ਹੈ, ਫਿਰਦਾ ਹਰੇਕ 2 ਰੁਪਈਆਂ ਦਾ ਮਾਰੀ ਆ ਕਾਲੇ ਹਨਾ, ਜੇ ਆਪਾਂ ਕਹਿ ਦਈਏ ਕੋਈ ਸੱਜਣ ਕਹਿੰਦਾ ਹਰੇਕ ਨੂੰ ਹੁੰਦਾ ਵੀ ਬਸ ਦਾ ਲਾਲਚ ਰੱਖ ਵਿੱਚ, ਸੱਜਣ ਕਹਿੰਦੇ ਸੇਵਾ ਕਰਦੇ ਹਨਾ, ਸੇਵਾ ਸੁਵਾ ਦੇਖ ਕਿਸੇ ਤੋਂ ਨਹੀਂ ਹੁੰਦੀ ਹੈ ਨਾ ਬਈ, ਨਾ ਹੀ ਕਿਸੇ ਕੋਲੇ ਸੇਵਾ ਦਾ ਇੰਨਾ ਟਾਈਮ ਹੈ, ਹਰੇਕ ਬੰਦਾ ਕਮਾਉਂਦਾ, ਪਰ ਐਂ ਹੁੰਦਾ ਵੀ ਬਰਤਨਾਂ 2 ਰੁਪਈਏ ਬਣ ਜਾਣ ਜਾਨਵਰ ਚੋਂ ਹਨਾ, ਵੀ ਬਾਲਾ ਗਲ ਵੱਢਣ ਨਾਲੋਂ ਬਈ ਘੋਰ ਕਹਿਣੇ ਕਿਹੜੇ ਵਿਚਲੇ ਬੰਦੇ ਨੇ। ਹਾਂ ਜੀ ਚਲੋ ਮੈਂ ਹੀ ਜਾਣਦਾ, ਆਪਾਂ ਕਿਉਂ ਕਿਸੇ ਨੂੰ ਕਹੀਏ, ਮੈਂ ਪਸ਼ੂ ਬਾਰੇ ਜਾਣਦਾ ਵੀ ਕੋਈ ਲੈ ਗਿਆ ਉਹ ਲਗੋ, ਠੀਕ ਹੈ ਵੀ ਆ ਜਾ ਕਾਲੇ ਮੈਨੂੰ ਦਬਾ ਕੇ ਲਿਆ ਵੀ ਤੂੰ ਤੂੰ ਫਿਰਦਾ, ਵੀ ਉਹ ਬੰਦੇ ਨੂੰ ਆਏ ਆ ਯਾਰ ਵੀ ਜਾ ਦੇ ਬੁਰਕਾ ਨਾ ਵੱਢੋ, ਉਹਨੂੰ ਜੇ ਪਤਾ ਨੀ, ਮੇਰੇ ਕੋਲ ਵੀ ਬੰਦੇ ਕਈ ਆਏ ਨੇ ਅੱਛਾ ਵੀ 5000 ਸਾਡਾ ਅੱਛਾ ਵੀ ਆਪਾਂ ਕਿੱਥੇ ਲੇਖਾ ਦੇ, ਮੈਂ ਕਿਹਾ ਚੱਲ ਆਪਾਂ ਨੀ ਕਹਿੰਦੇ ਵੀ ਉਹ ਵਿਹਲੇ ਨੇ ਜਾਂ ਆਏ ਨੀ, ਓਏ ਐਂ ਨਾ ਓਏ ਸੱਜਣੋ ਕਰਿਆ ਕਰੋ, ਕਹਿ ਕੇ ਹਨਾ, ਅਗਾੜੀ ਦਾ ਦੁੱਧ ਹੋਊਗਾ 2.5 ਕਿਲੋ ਤੋਂ ਬਾਹਰ ਬਾਈ ਹਨਾ, ਕਹਿ ਕੇ 2 ਰੁਪਈਆ ਅਗਲੇ ਤੋਂ ਲੈ ਲਓ ਜਿਹਨੂੰ ਜਾਨਵਰ ਦਬਾਉਣ ਜਾਂਦੇ ਹੋ, ਨਾਲੇ ਤਾਂ ਉਹਦਾ ਆਪਦਾ ਬਣ ਰਿਹਾ ਵੀ ਇਹ ਤਾਂ ਸਾਡਾ, ਅਗਲੇ ਨੂੰ ਤਾਂ ਐਂ ਵਿਸ਼ਵਾਸ ਆ, ਆਹੋ ਵਿੱਚ ਵਾਲੇ ਬੰਦੇ ਐ ਨਾ ਕਰਿਆ ਕਰੋ, ਅਗਲਾ ਰੱਬ ਜਿੰਨਾ ਭਰੋਸਾ ਕਰਕੇ ਤੁਹਾਨੂੰ ਨਾਲ ਲੈ ਕੇ ਆਉਂਦਾ ਹਨਾ, ਅਗਲੇ ਨੂੰ ਕਹਿ ਕੇ ਲੈ ਲਓ ਵੀ 2 ਰੁਪਈਆ ਨਾ, ਮੈਂ ਵੀ 500 ਚੱਲਦੇ ਦਲਾਲੀ, ਮੈਂ ਤਾਂ 1000 ਲਊਗਾ ਵੀ, ਪਰ ਆਪਾਂ ਇਹ ਗਲਤ ਨਹੀਂ ਕੰਮ ਕਰਦੇ, ਪਰ ਸਤਿਗੁਰੂ ਨਾ ਆਪਾਂ ਨਾ ਬਈ ਐਂ ਨਹੀਂ ਕਰ ਸਕਦੇ, ਵਿੱਚ ਵਾਲਾ ਕੰਮ ਨਾ ਕਰਿਆ ਕਰੋ ਨਾ, ਵਿੱਚ ਨਾ ਉਹ ਧਰਿਆ ਕਰੋ 5-7 ਹਜ਼ਾਰ ਰੁਪਇਆ ਨਾ, ਗਰੀਬ ਬੰਦਾ ਕੋਈ ਦੇ ਨਹੀਂ ਸਕਦਾ, ਕੋਈ ਬੰਦਾ ਹੈ ਉਹ ਸਾਹਮਣੇ ਉਹਨੇ ਦੇਖਦਾ ਇਹਦੇ ਕਰਕੇ ਪੈਰ ਥੱਲੇ ਨਾ, ਪਰ ਆ ਦੇਖ ਮਾਗਰ ਦੇਖਿਆ ਕਹਿੰਦਾ ਵੀ ਅਗਲਾ ਮਸਾਂ ਕੋਈ ਬੰਦਾ ਹਨਾ, ਢਿੱਡ ਬੰਨ ਕੇ ਰੁਪਈਏ ਲਾਉਂਦਾ ਹਨਾ, ਉਹੀ ਗੱਲ ਆ ਬਈ ਯਾਰ ਇਹਨੂੰ ਪਤਾ ਨਹੀਂ ਯਾਰ ਪਰਮਾਤਮਾ ਦਾ ਦੇਖਦਾ, ਉਹੀ ਗੱਲ ਹਾਂ ਜੇ ਵਿੱਚ, ਹਾਂ ਜੇ ਕੋਈ ਬੰਦਾ ਅਣਜਾਣ ਆ ਨਾ ਸਮਾਂ, ਉਹਨੂੰ ਤਾਂ 2 ਰੁਪਈਏ ਜਾਨਵਰ ਮੰਦਾ ਦਵਾਏ, ਖਿੱਚ ਕੇ ਦਵਾਓ ਜਾਣਕਾਰੀ ਆ ਮੰਦਾ ਦਵਾਓ, ਕਹਿੰਦੇ ਕਿੰਨੇ ਮਰਜ਼ੀ ਉਹ ਕਰਦੀ 5000 ਦੇਣੀਆਂ ਸਾਡੇ ਆ, ਵਿੱਚ ਸਾਰਿਆਂ ਨੂੰ ਤਾਂ ਮੈਂ ਨਹੀਂ ਕਹਿੰਦਾ ਹਨਾ ਬਾਈ, ਪੰਜੇ ਉਂਗਲਾਂ ਦਾ ਕਿਸਾਨ ਵੀ ਨਹੀਂ ਹੁੰਦੀਆਂ, ਵਿੱਚ ਹਨਾ ਹੁੰਦੇ ਵਿੱਚ ਤਾਂ ਸਾਡੇ ਨਾਲ ਵੀ ਹੁੰਦੇ ਨੇ ਵੀ ਆ ਸਾਡਾ 500 ਸੜ ਦੋ ਯਾਰ ਗਰੀਬ ਬੰਦਾ, ਹਾਂ ਵਿੱਚ ਕੁਸਕ ਬੰਦੇ ਹੁੰਦੇ ਨੇ ਹਨਾ, ਫਿਰ ਪੰਜੇ ਉਂਗਲਾਂ ਦਾ ਕਿਸਾਨ ਵੀ ਨਹੀਂ ਹੁੰਦੇ, ਐਂ ਤਾਂ ਵੀ ਦੁਨੀਆਦਾਰੀ ਵੀ ਨਹੀਂ ਚੱਲਦੀ ਨਾ, ਸਾਰੇ ਪ੍ਰਕਾਰ ਦੇ ਬੰਦੇ ਸਾਰੇ ਪ੍ਰਕਾਰ ਦੇ ਵੀ ਇੰਨਾ ਬਣਾ ਜਾਂਦਾ ਅਗਲੇ ਨੂੰ, ਕੋਈ ਜ਼ਿਆਦੇ ਨਾ ਉਹ ਧਰਿਆ ਕਰੋ, ਉਹ ਚੇਤੀ ਆ 500 ਲੈ ਕੇ ਕੇ 2 ਰੁਪਏ ਲੈ ਲਓ, ਪਰ 500 ਲੈਂਦੇ ਨੇ 1000 ਲੈ ਲਏ ਅਗਲੇ ਤੋਂ, ਹਾਂ ਕਹਿ ਕੇ ਲੈ ਲਓ ਹਨਾ, ਦੁਖਦਾ ਨਹੀਂ ਅਗਲੇ ਨੂੰ, ਉਹ ਜਾਂ ਉਧਰੋਂ ਦੱਬ ਕੇ ਮੱਝ ਦਬਾ ਦਿਓ ਅਗਲੇ ਨੂੰ, ਹਾਂ ਤੇ ਬਾਕੀ ਜਾਨਵਰ ਨਾ ਮੈਂ ਤਾਂ ਕਹਿੰਦਾ ਅਗਲੇ ਨੂੰ ਚੰਗਾ ਦਿਓ ਤੇ ਚੰਗਾ ਦਬਾਓ ਹਨਾ, ਉਹ 2 ਰੁਪਏ ਕਾਲੇ ਦੁਖਦੇ ਵੀ ਨਹੀਂ ਜਦੋਂ ਜਾਨਵਰ ਆ ਕੇ ਦੁੱਧ ਪੂਰਾ ਕਰਦੇ ਹਨਾ, ਹੁਣ ਜਦੋਂ ਆਪਾਂ ਰੁਪਈਆ ਦਾ ਜਿਵੇਂ ਮਾਤਾ ਵਾਲੀ ਤੈਨੂੰ ਅੰਬਰਸਰ ਵਾਲੇ ਵਪਾਰੀ ਦੀ ਗੱਲ ਦੱਸਦਾ ਹਾਂ, ਉਹ ਵੀ ਦੁੱਧ ਜਮੀ ਨਹੀਂ ਮਿਲੇ ਵੀ ਨਹੀਂ, ਆਪਾਂ ਦੇਖਿਆ ਵੀ ਨਹੀਂ, ਦੁੱਖ ਜ਼ਿਆਦਾ ਲੱਗਿਆ ਵੀ ਯਾਰ ਰਿਹਾ ਜਾਂ ਕੰਮ ਕਰ, ਉਹਦਾ ਰੋਣ ਲੱਗ ਰਿਹਾ ਮਾਤਾ ਵੀਡੀਓ ਦੇ, ਖਾਸੀ ਬੈਰਲ ਹੋ ਗਈ ਹੈ, ਲੈ ਉਹ ਸੱਜਣ ਨੇ ਸ਼ਹੀਦ ਪਰਿਵਾਰ ਵੀ ਨਹੀਂ ਬਖਸ਼ਿਆ ਜਿਨ੍ਹਾਂ ਨੇ ਆਪਣੇ ਵਾਸਤੇ ਕੁਰਬਾਨੀਆਂ ਕਰੀਆਂ ਨੇ, ਹੁਣ ਦੇਖ ਲਓ ਕਿਹਦੇ ਨਾਲ ਰਿਸ਼ਤਾ ਨਹੀਂ ਉਹ ਮੱਝ ਲੈ ਕੇ ਦੇ ਰਹੇ ਨੇ, ਉਹ ਕਹਿੰਦੇ ਵੀ ਦੱਸ ਮਾਤਾ ਕੀ ਚਾਹੀਦਾ ਤੈਨੂੰ, ਰਿਸਪੈਕਟਡ ਬੰਦਾ ਉਹ ਬਾਈ ਵੀਡੀਓ ਪਾਉਂਦਾ ਹੁੰਦਾ ਉਹਨਾਂ ਦੇ, ਉਹਨੇ ਕੱਲ ਵੀਡੀਓ ਪਾਈ ਆ ਕਾਲੇ, ਕਹਿੰਦਾ ਵੀ ਉਹ ਬੰਦੇ ਦੀ ਅੱਜ ਤੋਂ ਬਾਅਦ ਆਪਣੇ ਚੈਨਲ ਤੇ ਵੀਡੀਓ ਨਹੀਂ ਆਊਗੀ, ਮੈਂ ਤਾਂ ਸਾਰੇ ਚੈਨਲ ਵਾਲਿਆਂ ਨੂੰ ਕਹਿਣਾ ਵੀ ਸਾਰੇ ਚੈਨਲ ਵਾਲੇ ਹਨਾ ਉਹਦਾ ਬਾਈਕਾਟ ਕਰੋ, ਬੰਦੇ ਦੀ ਵੀਡੀਓ ਨਾ ਪਾਓ ਅੱਜ ਤੋਂ ਬਾਅਦ ਹਨਾ, ਕਿਹਦੇ ਨੇ ਠੱਗੀ ਵਾਲਾ ਕੰਮ ਕਰਿਆ, ਇਹ ਕੰਮ ਕਿਸੇ ਨੇ ਕਿਹਾ ਵੀ ਹੁਣ ਆਪਾਂ ਤਾਂ ਇੱਕ ਹੋਰ ਵੀ ਕਹਿੰਦੇ ਆ ਆਪਣਾ ਜਾਨਵਰ ਨਹੀਂ ਕਿਸੇ ਦੇ ਪਿੱਟ ਆਉਂਦਾ, ਕੋਈ ਖੋਟ ਮਾਠਾ ਆਪਣੇ ਵਾਪਸ ਕਰਦੇ ਪੈਸੇ ਲੈ ਜੀ, ਲੈ ਸੱਜਣੋ ਇਦੋਂ ਵੱਡੀ ਗਰੰਟੀ ਤੁਹਾਨੂੰ ਪਹਿਲਾਂ ਵੀ ਦਿੱਤੇ ਨੇ ਕਿਹੜੇ, ਪਹਿਲਾਂ ਵੀ ਜਾਨਵਰ ਦੇ ਦਿੱਤੇ ਦੋ, ਉਹਨਾਂ ਦਾ ਵੀ ਕਿਹਾ
ਕੀ ਗਰੰਟੀ ਏਦੂ ਵੱਡੀ ਗਰੰਟੀ ਸਾਨੂੰ ਕੀ ਮਿਲੂਗੀ ਹੈ ਨਾ। ਜਿਵੇਂ ਸਾਡਾ ਯਾਰ ਕਹਿੰਦਾ ਹੁੰਦਾ ਅਮਨਾ ਡੱਲੇ ਵਾਲਾ ਟੋਪੀ ਵਾਲਾ ਮਸ਼ਹੂਰ ਹੈ ਬੰਦਾ, ਉਹ ਕਹਿੰਦਾ ਹੁੰਦਾ ਕਹਿੰਦਾ ਨਾ ਆਪਾਂ ਗੁਰੀ ਕਹਿੰਦਾ ਨਾ ਆਪਾਂ ਜਾਨਵਰ ਨਾ ਕਹਿੰਦਾ ਆਪਾਂ ਐਂ ਕਹਿ ਕੇ ਦਿੰਦੇ ਹੁੰਦੇ ਵੀ ਜੇ ਜਾਨਵਰ ਨਾ ਤੁਹਾਡੇ ਨਹੀਂ ਸੈੱਟ ਆਇਆ ਜਾ ਕੇ ਦੁੱਧ ਨਾ ਪੂਰਾ ਕਰਿਆ ਨਾ ਜਾਨਵਰ ਸਾਡਾ ਵਾਪਸ ਕਰ ਲੈ। ਉਹੀ ਗੱਲ ਅੱਜ ਕਾਲੇ ਨੇ ਕਹੀ ਆ, ਕਾਲਾ ਕਹਿੰਦਾ ਨਾ ਬਾਈ ਇੱਕ ਨੰਬਰ ਦਾ ਕੰਮ ਕਰਨਾ ਸਾਫ਼ ਸੁਥਰਾ ਕੰਮ ਹੈ ਨਾ, ਕਹਿੰਦਾ ਜੇ ਤੁਹਾਡੇ ਘਰੇ ਜਾ ਕੇ ਜਾਨਵਰ ਸੈੱਟ ਨਹੀਂ ਨਾ ਸਾਡਾ ਹੁੰਦਾ ਵਧੀਆ ਬੰਦਾ ਬਣੂ ਸੱਚਾ ਬਣੂਗਾ ਆਪਣੇ ਮੂੰਹ ਦਾ ਹਰੇਕ ਸੱਚਾ ਹੁੰਦਾ ਸਾਰੇ ਪਿੰਡ ਚ ਪੁੱਛਦਾ ਵੀ ਕਾਲਾ ਕਿਹਾ ਜਿਹੜਾ ਬੰਦਾ ਸਾਰਾ ਪਿੰਡ ਸੌਂ ਪਾ ਜੂਗਾ। ਹਾਂ ਕਾਲਾ ਕਹਿੰਦਾ ਲੈ ਆਪਾਂ ਜਾਨਵਰ ਮੋੜ ਵੀ ਲਵਾਂਗੇ ਜੇ ਕਿਸੇ ਦੇ ਨਹੀਂ ਸੈੱਟ ਆਉਂਦਾ ਆਪਣੇ ਘਰ ਜਾਨਵਰ ਚ ਕੋਈ ਫਰਕ ਹੀ ਨਹੀਂ ਆਪਾਂ ਕਿਉਂ ਠੱਗੀ ਕੇਰਾ ਮਾਰ ਲਾਂਗੇ ਆਪਾਂ ਕਿਸੇ ਨਾਲ ਦੁਬਾਰੇ ਆਪਣਾ ਨਾ ਰੌਲਾ ਪੈ ਜੂਗਾ ਸਾਰੇ ਪਾਸੇ। ਲੈ ਆ ਜਾ ਕਾਲੇ ਚੱਕ ਲੈ ਕੁਛ ਬੱਚੇ ਨੂੰ ਛੱਡ ਦੇਊਗੀ ਗੱਲ ਆ ਜਾ ਲਿਆ ਬਾਈ ਪੂਰੇ ਧਰ ਲੈ ਪਲਟਾ ਮਾਰ ਦੇ ਚਾਰ ਪੰਜ ਵਾਰੀ ਬਾਲਟੀ ਵੀ ਖਾਲੀ। ਹਾਂ ਬਾਈ ਓਏ ਨਹੀਂ ਕਾਲੀ ਕੰਮ ਤੇਰਾ ਸਾਫ ਸੁਥਰਾ ਹੋਵੇ ਬੰਦੇ ਦਾ ਨਾ ਊਂ ਹੀ ਪਤਾ ਲੱਗ ਜਾਂਦਾ। ਮਾਰਦੇ ਪਲਟਾ ਤੂੰ ਚੱਲ ਤੇਰਾ ਹੋਰ ਮਾਰ ਦੇ ਤਸੱਲੀ ਕਰਾ ਦੇ ਆਪਣੇ ਬੰਦਿਆਂ ਦੀ ਜਮੀ ਪੂਰੀ ਤਸੱਲੀ ਕਰਾ ਕੇ। ਹਾਂ ਨਹੀਂ ਫਿਰ ਕਮੈਂਟਾਂ 'ਚ ਦੇਖ ਲੈ ਗਾਲਾਂ ਕੱਢੀਆਂ ਨੇ ਆਪਾਂ ਨੂੰ ਕਾਲੇ ਹੁੰਦੇ ਝੱਗ ਮੰਨਣ ਦੇ ਵਿੱਚ ਫਿਰ ਉਧਰੋਂ ਪਾਉਣ ਲੱਗਿਆ ਐਂ ਕਰਨ ਲੱਗੇ ਡੁੱਟਾ। ਹਾਂ ਇਹ ਤਾਂ ਨਹੀਂ ਭਰ ਲਾਂਗੇ ਇੱਕ ਬਾਲਟੀ ਖਾਲੀ ਕਰ ਲੈ ਇੱਕ 'ਚ ਮਿਲ ਇਹ ਖਾਲੀ ਕਰ ਦਿਓ ਜਮਾਂ ਸੁਣ ਲੈਣਾ ਜੀ ਇਹਦੇ 'ਚ ਭਰ ਕੇ ਭਰ ਲਾ ਜਿਹੜੇ ਦੋ ਚਾਰ ਭਰੇ ਜਾਂਦੇ ਨੇ ਫਿਰ ਬਾਲਟੀ ਚੱਕ ਕੇ ਪਾ ਲਾਂਗੇ ਆਪਾਂ ਇੱਕ ਦੋ ਤਿੰਨ ਚਾਰ ਲੈ ਪਾਏਗੀ ਚੱਕ ਕੇ ਪਾਏ ਪੰਜ ਛੇ ਸੱਤ ਸੱਤ ਮੰਨ ਲਓ ਆਪਾਂ ਸੱਤ ਮੰਨ ਲਿਆ 14 ਕਿਲੋ ਕੱਢਿਆ ਆਪਣੇ ਹਿਸਾਬ ਨਾਲ ਇਹਨੇ ਬਾਕੀ ਤੁਸੀਂ ਨੇੜੇ ਆ ਕੇ ਦੋ ਟਾਈਮ ਚੋ ਕੇ ਦੇਖ ਲਿਓ। ਲੈ ਜਾ ਕਾਲਾ ਹੁਣ ਇਹਦਾ ਰੇਟ ਦੱਸ ਦੇ ਝੋਟੀ ਦਾ ਆਪਾਂ ਦੇਣੀ ਕਿੰਨੇ ਦੇ ਝੋਟੀ ਜਿਹੜੀ ਦਾ ਦੁੱਧ ਆਪਾਂ ਨੇ ਹੁਣ ਮਾਪਿਆ 14 ਕਿਲੋ ਦੁੱਧ ਆ ਕਾਲੇ ਇਹਦੇ ਥੱਲੇ ਰੇਟ ਬਾਈ ਕੁਛ ਕਹਾਈ ਜਾਵੇ ਹਾਂ ਉਹੀ ਗੱਲ ਆਪਾਂ ਜ਼ਿਆਦਾ ਬੁਰਕਾ ਵੱਢਣਾ ਨਹੀਂ ਅਗਲੇ ਦੀ ਠੀਕ ਹੈ ਥੋੜੇ ਮਾਰ ਜਾਂਦੇ ਕੰਮ ਕਰੇਗਾ ਲੰਬਾ ਟਾਈਮ ਉਹੀ ਗੱਲ ਆ ਬੰਦੇ ਕੋਲ ਤੋੜ ਦਾਂਗੇ ਠੀਕ ਹੈ ਜੀ ਆਪਾਂ ਤਾਂ 5000 ਨਾਲ ਝੋਟੀ ਦੇ ਰਹੇ ਹਾਂ ਕਿੰਨੇ ਦੀ ਝੋਟੀ ਆਪਾਂ ਜਾਵੇ ਫਿਕਸ ਰੇਟ ਦੱਸਣੀ ਗੱਲ ਫਿਰ ਬਾਈ 20 ਹੀ ਦੇ ਦਾ 20 ਤਾਂ ਜਾ ਰਿਹਾ ਦੁੱਧ 14 ਕਿਲੋ ਆ ਦੁੱਧ ਕਿਲੋ ਘੱਟ ਗਿਆ ਆਪਣੇ ਦੱਸਣ ਦੇ ਮੁਤਾਬਕ 14 ਕਿਲੋ ਚਾਹ ਕਰ ਲਾਂਗੇ ਹੋਰ ਮਾਨਤਾਨ ਵਧੀਆ ਮਾਨਤਾਨ ਕਰ ਹੈ ਹਾਂ ਮਾਨਤਾਨ ਕਰ ਤਾਂ 18 ਦੀ ਕਰ ਦੇਗੇ ਘਟਾ ਦੇ 2000 ਦਾ ਲੀਟਰ ਦਾ ਕਾਲੇ ਕਿਵੇਂ ਕਹਿਤਾ 2000 ਦਾ ਲੀਟਰ ਦਾ ਉੱਡਦਾ ਫਿਰ ਉਧਰ ਵੀ 2000 ਲੀਟਰ ਦਾ ਲਾਉਂਗੇ ਹੈ ਉਧਰ 2000 ਦਾ ਲੀਟਰ ਲਾ ਲੈਣ ਜੇ ਕਿਸਾਨ ਉਧਰ ਦਾ ਫਿਰ 20 ਕਿਲੋ ਪੰਜਾਬ ਨਾਲ 20 ਮੱਝਾਂ ਪਾ ਲਈ ਉਹੀ ਤਾਂ ਗੱਲ ਹੈ ਬਾਲਾ ਘੱਟ ਲਵਾ ਲਾ ਇਹਦਾ ਇਹਦਾ ਕੀ ਰੇਟ ਕਰੇਗਾ ਹੁਣ ਦੱਸ ਦੇ ਇਹਨੇ ਕਿੰਨੇ ਡੱਬੇ ਭਰੇ ਦੇ ਬਾਈ ਸਵਾ ਕੁ ਸੀ ਇਹਦੇ ਭਰੇ ਨੇ 13 ਕਿਲੋ ਦੁੱਧ ਪਾਈ ਥੱਲੇ ਮਾਲਾ ਕੁਛ ਨੇ ਲਾ ਲਿਆ ਤੀ ਮਾਂਗ ਦੁੱਧ ਪੋਣਾ ਕਿਲੋ ਇਹ ਰੱਖਦੇ ਇਹ ਬੱਚੇ ਵਾਸਤੇ ਰੱਖਦੇ ਇਹ ਮਾਂਗ ਨੂੰ ਬੱਚਾ ਛੱਡਦੇ ਅੱਛਾ ਲੈ ਇਹਦਾ ਵੀ ਕਾਲੇ ਫਿਕਸ ਰੇਟ ਜੀ ਦੱਸ ਦੇ 2 ਰੁਪਏ ਘੱਟੇ ਕਮਾ ਲਾ ਜੇ
ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਆਪਾਂ ਚਵਾ ਦਾਂਗੇ ਕਾਲੇ ਉਹੀ ਗੱਲ ਅਗਲੇ ਦੀ ਖੇਚ ਚੱਲ ਦੂਰ ਵਾਲਾ ਉਰੇ ਰਹਿ ਜੂਗਾ ਨੇੜੇ ਵਾਲਾ ਚਲ ਆਈ ਜਾਊਗਾ ਦੁੱਧ ਆਪਣੀ ਆ ਨੰਬਰ ਨੰਬਰ ਵੀ 98727 34021 ਲੈ ਜੇ ਕੋਈ ਸੱਜਣ ਜੋੜਾ ਲੈਂਦਾ ਲੈ ਤੇ ਹੋਰ ਵੀ ਕਰਦੀ ਮਾਰ ਜੋੜੇ ਚ ਵੀ ਕਰਦਾ ਤੁਸੀਂ ਨੇ ਕਹਿਤਾ ਉਹੀ ਗੱਲ ਆ ਵੀ ਕਿਉਂਕਿ ਪਹਿਲੀ ਵਾਰ ਆਇਆ ਤੇਰੇ ਕੋਲ ਉਹੀ ਗੱਲ ਆ ਭਾਈਆਂ ਦਾ ਉਹੀ ਹੁੰਦਾ ਵੀ ਆਸ ਹੀ ਹੁੰਦੀ ਆ ਘੱਟ ਮਾਰ ਜਾਂਦੇ ਉਹੀ ਗੱਲ ਆ ਬਾਰ ਬਾਰ ਹਨਾ ਘੱਟ ਮਾਰ ਜਾਂਦੇ ਕੰਮ ਕਰਾਏ ਕਾਲੇ ਥੋੜਾ ਲੰਬਾ ਟਾਈਮ ਕਰ ਲਾਂਗੇ ਨਾ ਵੱਡੇ ਬੁਰਕੇ ਭਰਾਂਗੇ ਆਪਾਂ ਇੱਕ ਦੋ ਗੇੜੇ ਠੱਗੀ ਦਾ ਯਾਰ ਇੱਕ ਬਾਰੇ ਬਣਦੀ ਠੱਗੀ ਕੇਰਾ ਬਣਦੀ ਠੱਗੀ ਦਾ ਕੇਰੀ ਬਣਦੀ ਲੈ ਸੱਜਣੋ ਆ ਝੋਟੀ ਤੇ ਨਾ ਬਾਈ ਨੇ ਜਮਾ ਫਿਕਸ ਰੇਟ ਹੀ ਕਰਿਆ 1,15,000 ਕੱਦ ਕਾਠ ਵਾਲੀ ਝੋਟੀ ਆ ਤੇ ਬਾਕੀ ਦੂਜੇ ਸੂ ਆ ਮੈਲੇ ਤੇ ਨਹੀਂ ਲੱਗੀ ਕਾਲੇ ਹਜੇ ਮੈਲੇ ਤੇ ਨਹੀਂ ਲੱਗੀ ਵੀਰੇ ਅੱਛਾ ਮੈਲੇ ਤੇ ਲੱਗ ਕੇ ਕਿਲੋ ਦੋ ਕਿਲੋ ਦੁੱਧ ਹੋਰ ਵਧਾਓ ਹਾਂ ਵਧਣ ਦੀ ਸਵਾਬ ਨਹੀਂ ਲੱਗੀ ਹਜੇ ਪਰਲੀ ਵੀ ਨਹੀਂ ਲੱਗੇ ਤਾਂ ਇਹ ਦੋ ਹੀ ਉਹ ਦੋ ਦਿਨ ਲੇਟ ਆ ਇਹ ਦੋ ਦਿਨ ਪਹਿਲਾਂ ਅੱਛਾ ਦੋਹਾਂ ਦੇ ਮਗਰ ਕੱਟੀਆਂ ਨੇ ਦੋਹਾਂ ਦੇ ਮਗਰ ਕੱਟੀਆਂ ਲੈ ਸੱਜਣੋ ਇੱਕ ਵਾਰੀ ਕੈਮਰਾ ਫੇਰ ਮਾਰ ਦੇਣਾ ਆ ਝੋਟੀ ਦਾ 1,15,000 ਫਿਕਸ ਰੇਟ ਹੈ ਇਹ ਲਾ ਲਓ ਵੀ 10 ਦਿਨਾਂ ਤੇ ਇਹਦਾ ਬਾਈ ਨੇ ਕਰਿਆ 1,18,000 ਰੇਟ ਬਿਲਕੁਲ ਜੈਨੂਅਨ ਨੇ ਬਾਕੀ ਦੋਹਾਂ ਝੋਟੀਆਂ ਚੋਂ ਤੁਹਾਨੂੰ ਜਿਹੜੀ ਵੀ ਝੋਟੀ ਪਸੰਦ ਆਊਗੀ ਸੱਜਣੋ ਨੇੜ ਆ ਕੇ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਚੋ ਕੇ ਝੋਟੀ ਲੈ ਲਿਓ ਬਾਕੀ ਵੀਡੀਓ ਨੂੰ ਇੱਦਾਂ ਹੀ ਪਿਆਰ ਬਣਾ ਕੇ ਰੱਖਿਓ ਅਤੇ ਸਾਰੇ ਸੱਜਣਾਂ ਦਾ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਦਿਆ ਕਰੋ ਕਿਉਂਕਿ ਕਮੈਂਟ ਕਰਨਾ ਸੱਜਣੋ ਨਵੇਂ ਬੰਦਿਆਂ ਦਾ ਹੌਸਲਾ ਵੱਧਦਾ ਜਿਵੇਂ ਕਾਲੇ ਵੀਰ ਵਰਗੇ ਨਵੇਂ ਬੰਦੇ ਕੰਮ ਕਰਦੇ ਨੇ ਵਧੀਆ ਸਾਫ਼ ਸੁਥਰਾ ਕੰਮ ਕਰਨਗੇ ਇਹਨਾਂ ਦਾ ਹੌਸਲਾ ਵਧੂਗਾ ਇਸ ਚੀਜ਼ ਨਾਲ ਬਾਕੀ ਸਾਰੇ ਸੱਜਣਾਂ ਦਾ ਧੰਨਵਾਦ ਜੀ।